ਹੈ ਕਿ ਚੋਣ ਮਾਹੌਲ ਪੂਰੀ ਤਰ੍ਹਾਂ ਗਰਮ ਹੈ। ਕਪੂਰਥਲੇ ਵਿੱਚ ਵੀ ਜਿਹੜਾ ਵੋਟਰ ਆ ਲਗਾਤਾਰ ਜਿਹੜਾ ਵੋਟਿੰਗ ਕੇਂਦਰਾਂ 'ਤੇ ਪਹੁੰਚ ਰਿਹਾ ਹੈ। NRI ਮੀਡੀਆ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾ ਰਿਹਾ ਇਹਨਾਂ ਸਾਰੇ ਜਿਹੜੇ ਵੋਟਿੰਗ ਪ੍ਰਕਿਰਿਆ ਦੀ। ਅਸੀਂ ਕਪੂਰਥਲਾ ਦੇ ਵਿੱਚ ਇੱਕ ਬੂਥ 'ਤੇ ਪਹੁੰਚੇ ਹਾਂ। ਇੱਥੇ ਬੀਬੀ ਜਗੀਰ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਨੇ। ਇੱਥੇ ਅਸੀਂ ਪੋਲਿੰਗ ਬੂਥ 'ਤੇ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵੱਲ ਇੱਕ ਬੂਥ ਜਿਹੜਾ ਪੋਲਿੰਗ ਬੂਥ ਲਗਾਇਆ ਹੋਇਆ ਉੱਥੇ ਪਹੁੰਚੇ ਹੋਏ ਨੇ। ਇੱਥੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬੀਬੀ ਬਲਜਿੰਦਰ ਕੌਰ ਕਾਲੜਾ ਜੀ, ਇਸ ਤਰ੍ਹਾਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨੇ ਗੱਲਬਾਤ ਕਰਦੇ ਹਾਂ। ਮੈਡਮ, ਕਿਸ ਤਰ੍ਹਾਂ ਦੀ ਜਿਹੜੇ ਰਿਸਪੋਂਸ ਮਿਲ ਰਿਹਾ ਤੁਹਾਨੂੰ ਵੋਟਰਾਂ ਦਾ? ਅਸੀਂ ਸਾਰੇ ਬੂਥ 'ਤੇ ਆਲਮੋਸਟ ਜਾ ਚੁੱਕੇ ਹਾਂ। ਸਾਨੂੰ ਬਹੁਤ ਵਧੀਆ ਸਪੋਰਟ ਵੀ ਮਿਲ ਰਹੀ ਹੈ ਅਤੇ ਵਧੀਆ ਹੁੰਗਾਰਾ ਮਿਲ ਰਿਹਾ ਵੈ। ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਅਮਨ ਸ਼ਾਂਤੀ ਨਾਲ ਸਾਰੀਆਂ ਵੋਟਾਂ ਭੁਗਤਾਈਆਂ ਜਾਣ ਰਹੀਆਂ ਵੈ। ਕੋਈ ਇੱਥੇ ਗੜਬੜ ਦਾ ਜਾਂ ਕੋਈ ਇੱਦਾਂ ਦਾ ਸਾਨੂੰ ਸਾਈਨ ਨਹੀਂ ਮਿਲਿਆ। ਲੋਕ ਬਹੁਤ ਹੱਲਾਸ਼ੇਰੀ ਨਾਲ ਔਰ ਘਰਾਂ 'ਚੋਂ ਨਿਕਲ ਕੇ ਆਪਣੀ ਵੋਟ ਦੇ ਅਧਿਕਾਰ ਦਾ ਪਾਲਣਾ ਕਰ ਰਹੇ ਨੇ। ਸ਼ਹਿਰੀ ਖੇਤਰ ਵਿੱਚ ਅਕਸਰ ਕਮਜ਼ੋਰ ਮੰਨਿਆ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ, ਇਸ ਵਾਰ ਕਿਸ ਤਰ੍ਹਾਂ ਦੀ ਸਥਿਤੀ ਦੇਖਦੇ? ਦੇਖੋ ਜੀ, ਸਾਨੂੰ ਕੈਂਡੀਡੇਟ ਬਹੁਤ ਵਧੀਆ ਸੰਤ ਲੋਕ ਮਿਲਿਆ, ਜਿਹਦੇ ਕਰਕੇ ਘਰ ਦਾ ਸਾਨੂੰ ਕੈਂਡੀਡੇਟ ਮਿਲਿਆ। ਉਹਦੇ ਕਰਕੇ ਲੋਕਾਂ ਵਿੱਚ ਬੜਾ ਉਤਸ਼ਾਹ ਹੈ ਕਿ ਅਸੀਂ ਇਹਨਾਂ ਨੂੰ ਹੁਣ ਆਪਣੇ ਖੇਤਰ ਵਿੱਚ ਜ਼ਰੂਰ ਲੈ ਕੇ ਆਉਣਾ ਹੈ। ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਦੇਖਦੇ ਪਏ ਹਾਂ ਕਿ ਲੋਕਾਂ ਵਿੱਚ ਹੀ ਬੜਾ ਉਤਸ਼ਾਹ ਹੈ ਵੀ ਅਸੀਂ ਜਾ ਕੇ ਸਵੇਰ ਤੋਂ, ਤੁਸੀਂ ਮੰਨੋਗੇ ਨਹੀਂ ਕਿ 7 ਵਜੇ ਪੋਲਿੰਗ ਸ਼ੁਰੂ ਹੋਣੀ ਸੀ ਅਤੇ 6:30-7 ਵਜੇ ਹੀ ਜਾ ਕੇ ਲੋਕਾਂ ਨੇ ਵੋਟ ਪਾਉਣੀ ਸ਼ੁਰੂ ਕਰ ਦਿੱਤੀ, ਜਿਹਦੇ ਕਰਕੇ ਹੁਣ ਰਸ਼ ਬਹੁਤ ਘਟਿਆ ਹੋਇਆ ਵੈ। ਕੁਛ ਲੋਕਾਂ ਜੇ ਜਿਸ ਤਰ੍ਹਾਂ ਸ਼ਹਿਰ ਵਿੱਚ ਲੋਕਾਂ ਨੂੰ ਹੁੰਦਾ ਐਤਵਾਰ ਦਾ ਦਿਨ ਹੈ, ਆਰਾਮ ਨਾਲ ਅਸੀਂ ਉੱਠਣਾ ਵੈ, ਅਸੀਂ ਆਰਾਮ ਨਾਲ ਉੱਠ ਕੇ, ਪਰ ਫਿਰ ਵੀ ਜਿਸ ਤਰ੍ਹਾਂ ਸਾਡੇ ਨੋਟਿਸ ਵਿੱਚ ਆ ਰਿਹਾ ਉੱਠ ਕੇ ਜਾ ਰਹੇ, ਵੋਟ ਦਾ ਅਧਿਕਾਰ ਕਰ ਰਹੇ ਨੇ। ਅਨੁਮਾਨ ਲਗਾਇਆ ਜਾ ਰਿਹਾ ਕਿ 60% ਦੇ ਨੇੜੇ ਤੇੜੇ ਜਿਹੜੀ ਹੈ ਪੋਲਿੰਗ ਹੋਏਗੀ, ਵੱਧਦੀ ਕਰਨੀ ਦੇਖਦੇ ਹੋ। ਜੇ ਅਗਰ ਪੋਲਿੰਗ 60 ਦੇ ਆਸ ਪਾਸ ਰਹਿੰਦੀ ਹੈ, ਉਹਦੇ ਦਾ ਕੀ ਰੁਝਾਨ ਤੁਸੀਂ ਸਮਝਦੇ ਹੋ? ਮੈਂ ਉਹੀ ਤੁਹਾਨੂੰ ਫਿਰ ਦੱਸਦੀ ਪਈ ਹਾਂ ਵੀ ਜਿਨ੍ਹਾਂ ਬੂਥਾਂ 'ਤੇ ਵੀ ਗਏ ਆ ਨਾ, ਸਾਨੂੰ 60-65 ਦੇ ਵਿੱਚ ਕਹਿ ਰਹੇ ਆ ਵੀ ਪੋਲਿੰਗ ਹੋ ਚੁੱਕੀ ਹੈ। ਇਸ ਇਹਨਾਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਦੇਖਦੇ ਅਸੀਂ ਕਹਿ ਸਕਦੇ ਹਾਂ ਕਿ ਸਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ। ਹਲਕਾ ਜਿਹੜਾ ਖੇਤਰ ਹੈ, ਹਿੰਸਕ ਘਟਨਾਵਾਂ ਹੋਈਆਂ ਸਵੇਰੇ ਕੀ ਕਹਿਣਾ ਚਾਹੁੰਦੇ ਹੋ? ਉਹ ਬੜੀ ਮੰਦਭਾਗੀ ਗੱਲ ਹੈ। ਮੇਰੇ ਹਿਸਾਬ ਨਾਲ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜੇ ਸਾਨੂੰ ਸਾਡੇ ਸੰਵਿਧਾਨ ਨੇ ਇਹ ਸਾਨੂੰ ਵੋਟ ਦਾ ਅਧਿਕਾਰ ਦਿੱਤਾ ਵੈ, ਆਪਣੇ ਮਨ ਨਾਲ ਅਸੀਂ ਆਪਣੀ ਵੋਟ ਪਾਉਣੀ ਹੈ, ਅਸੀਂ ਸਖਤੀ ਨਾਲ ਜਾਂ ਕਿਸੇ ਨੂੰ ਜ਼ਬਰਦਸਤੀ ਇਹ ਨਹੀਂ ਕਹਿ ਸਕਦੇ। ਪੰਥਕ ਸੀਟ ਆ, ਔਰ ਜਿਹੜੇ ਦੂਸਰੇ ਪਾਸੇ PDF ਗੱਠਜੋੜ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਮੈਦਾਨ 'ਚ ਨੇ, ਉਹਨਾਂ ਨੂੰ ਪੰਥਕ ਵਿੱਚ ਇੱਕ ਚੰਗੀ ਥਾਂ ਦਿੱਤੀ ਜਾਂਦੀ ਹੈ, ਵੋਟ ਬੈਂਕ ਨੂੰ ਖੋੜਾ ਲੱਗ ਸਕਦਾ ਅਕਾਲੀ ਦਲ ਦੇ ਨੂੰ? ਨਹੀਂ, ਦੇਖੋ ਜਿਸ ਤਰ੍ਹਾਂ ਅਸੀਂ ਪ੍ਰਚਾਰ ਵੀ ਕੀਤਾ ਵੈ, ਬਾਕੀ ਸਾਰਾ ਇਹ ਤਾਂ ਹੁਣ ਲੋਕਾਂ 'ਤੇ ਡਿਪੈਂਡ ਕਰਦਾ ਵੈ, ਆਪਾਂ ਕਿਸੇ ਬਾਰੇ ਕੁਛ ਇੱਦਾਂ ਕਹਿ ਨਹੀਂ ਸਕਦੇ। ਪਰ ਇਹ ਹੈਗਾ ਵੀ ਅਸੀਂ ਆਪਣਾ ਪੂਰਾ ਜ਼ੋਰ ਅਪੀਲ ਵੀ ਕੀਤੀ ਹੈ ਅਤੇ ਜ਼ੋਰ ਵੀ ਪੂਰਾ ਲਗਾਇਆ ਵੈ, ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਦੇ ਹਾਂ। ਮੁਕਾਬਲਾ ਕਾਂਗਰਸ ਨਾਲ ਦੇਖਦੇ ਹੋ ਜਾਂ PDF ਨਾਲ? ਮੁਕਾਬਲਾ ਤਾਂ ਕਾਂਗਰਸ ਨਾਲ ਹੀ ਹੈ ਸਾਡਾ, ਜੇ ਅਸੀਂ ਕਹੀਏ ਸਾਡਾ ਕਾਂਗਰਸ ਨਾਲ ਹੀ ਹੈ। ਦੂਜੇ ਪਾਸੇ ਹਾਲੇ ਥੋੜ੍ਹਾ ਹੀ ਰੁਝਾਨ ਦੇਖਣ ਨੂੰ ਮਿਲਿਆ ਵੈ, ਜਦੋਂ ਤੱਕ ਅਸੀਂ ਸਾਰਾ ਵਿਚਾਰ ਕਰਕੇ ਆਏ, ਦੇਖ ਕੇ ਆਏ ਹਾਂ। ਬਲਜਿੰਦਰ ਕੌਰ ਕਾਲੜਾ ਜੀ, ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ, ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਪੋਲਿੰਗ ਜਿਹੜੀ 60-65% ਹੋ ਗਈ ਹੈ ਉਹ ਪਾਰਟੀ ਦੇ ਹੱਕ ਵਿੱਚ ਹੀ ਜਾ ਰਹੀ ਹੈ, ਕਿਉਂਕਿ ਸਰਕਾਰ ਵਿਰੋਧੀ ਕਹੀ ਜਾਂਦੀ ਹੈ ਅਕਸਰ ਜਿਹੜੀ ਪੋਲਿੰਗ ਜਦੋਂ ਜ਼ਿਆਦਾ ਹੁੰਦੀ ਹੈ। ਇੰਦਰਜੀਤ ਸਿੰਘ ਚਾਹਲ, ਕੈਮਰਾਮੈਨ ਗੁਰਦੇਵ ਸਿੰਘ ਪੱਟੀ ਦੇ ਨਾਲ।